ਸਿੱਖਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ BA ਸੈਮੈਸਟਰ 3 ਪੰਜਾਬੀ ਇਲੈਕਟਿਵ ਦੇ ਵਿੱਚ ਅੱਪਾ ਅੱਜ ਕਰਾਂਗੇ ਮਰਿਆ ਨਹੀਂ ਜਾਂਦਾ ਤਾਂ 4th ਵਾਲੀ ਸਟੋਰੀ ਹੈ ਇਹ ਬਹੁਤ ਇੰਪੋਰਟੈਂਟ ਬਹੁਤ ਹੀ ਹਾਰਟ ਟਚਿੰਗ ਸਟੋਰੀ ਹੈ ਬਹੁਤ ਹੀ ਇੰਟਰਸਟਿੰਗ ਵੇ ਦੇ ਨਾਲ ਸਮਝਾਉਂਗੀ ਸੋ ਫਟਾਫਟ ਪਹਿਲਾਂ ਸ਼ੇਅਰ ਕਰ ਦਿਓ ਲਾਈਕਸ ਬਹੁਤ ਘੱਟ ਆ ਰਹੇ ਨੇ ਕਮੈਂਟਸ ਬਹੁਤ ਘੱਟ ਆ ਰਹੇ ਨੇ ਵਿਊਜ਼ ਵੀ ਬਹੁਤ ਘੱਟ ਆ ਰਹੇ ਨੇ ਦੇਖੋ ਹੁਣੇ ਹੀ ਤੁਹਾਡਾ ਜਿਹੜਾ ਕੰਟਰੀਬਿਊਸ਼ਨ ਬਣਦਾ ਹੈ ਕਿ ਤੁਸੀਂ ਸ਼ੇਅਰ ਕਰੋ ਬਿਕੋਜ਼ ਇਗਜ਼ਾਮਸ ਤੋਂ ਬਾਅਦ ਕੌਣ ਸ਼ੇਅਰ ਕਰੇਗਾ ਹਨਾ ਦੂਜੀ ਗੱਲ ਇਹ ਦੇਖੇਗਾ ਕੌਣ ਅਗਰ ਤੁਸੀਂ ਸ਼ੇਅਰ ਵੀ ਕਰ ਦਿਓ ਤਾਂ ਬਹੁਤ ਸਾਰੇ ਬੱਚੇ ਕਹਿੰਦੇ ਮੈਮ ਇੱਕ ਵਾਰ ਇਗਜ਼ਾਮ ਹੋ ਜਾਣ ਫਿਰ ਸੀ ਸਪੋਰਟ ਕਰਾਂਗੇ ਤਾਂ ਹੁਣੇ ਹੀ ਸਪੋਰਟ ਕਰਨ ਦਾ ਟਾਈਮ ਹੈ ਹੁਣੇ ਹੀ ਕਿਉਂਕਿ ਬੱਚੇ ਅਗਰ ਜੁੜਨਗੇ ਤਦ ਹੀ ਆਪਾਂ ਨੂੰ ਸਭ ਨੂੰ ਫਾਇਦਾ ਹੋਏਗਾ ਸੋ ਮਰਿਆ ਨਹੀਂ ਜਾਂਦਾ ਕਹਾਣੀ ਸੁਖਵੰਤ ਕੌਰ ਮਾਨ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਜਿਹੜਾ ਹੈ ਜ਼ਿੰਦਗੀ ਦੇ ਅਤੀ ਵਿਰੋਧੀ ਮਾਰੂ ਸਥਿਤੀਆਂ ਵਿੱਚ ਵੀ ਟੜਕਦੇ ਰਹਿਣ ਦੀ ਬਲਵਾਨ ਪ੍ਰਵਿਰਤੀ ਦਾ ਵਰਤਾਨ ਹੈ ਤਾਂ ਦੇਖੋ ਜ਼ਿੰਦਗੀ ਕਦੇ ਨਹੀਂ ਰੁਕਦੀ ਜ਼ਿੰਦਗੀ ਹਮੇਸ਼ਾ ਚਲਦੀ ਰਹਿੰਦੀ ਹੈ ਚਾਹੇ ਜ਼ਿੰਦਗੀ ਦੇ ਵਿੱਚ ਬਹੁਤ ਹੀ ਦੁੱਖ ਤਕਲੀਫਾਂ ਕਲੇਸ਼ ਕਸ਼ਟ ਆ ਜਾਣ ਬਹੁਤ ਹੀ ਮਾਰੂ ਸਥਿਤੀਆਂ ਮਰਨ ਵਾਲੀ ਕੰਡੀਸ਼ਨ ਵੀ ਆ ਜਾਏ ਲੇਕਿਨ ਫਿਰ ਵੀ ਜਿਹੜੀ ਹੈਗੀ ਆ ਸਾਡਾ ਜ਼ਿੰਦਗੀ ਚਲਦੀ ਰਹਿੰਦੀ ਹੈ ਟੜਕਦੀ ਰਹਿੰਦੀ ਹੈ ਠੀਕ ਹੈ ਆਪਣੇ ਵੇ ਦੇ ਵਿੱਚ ਲਿਖਣਾ ਆਪਾਂ ਨੇ ਬਿਲਕੁਲ ਡਿੱਟੋ ਨਹੀਂ ਤਾਰ ਕੇ ਆਣਾ बिकॉज़ ਤੁਹਾਨੂੰ ਲਰਨ ਨਹੀਂ ਹੋਏਗਾ ਬਹੁਤ ਔਖੀ ਲੈਂਗੁਏਜ ਹੈ ਸੋ ਮੌਤ ਜਿਹੜਾ ਹੈ ਅੰਤਿਮ ਸੱਚ ਹੈ ਪਰ ਫੇਰ ਵੀ ਜਿਹੜਾ ਹੈ ਮਨੁੱਖੀ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਹੈ ਸੰਕਟ ਫੈਲਿਆ ਹੋਇਆ ਹੈ ਇਸ ਨਾਲ ਸਾਡਾ ਜੀਵਨ ਮਧੋਲਿਆ ਜਾਂਦਾ ਹੈ ਮਤਲਬ ਸਾਡੀ ਜ਼ਿੰਦਗੀ ਹਿਲੇ ਜਾਂਦੀ ਹੈ ਐਡੇ ਦੁੱਖ ਤਕਲੀਫ ਜਿਹੜੇ ਨੇ ਆਂਦੇ ਨੇ ਪਰੰਤੂ ਫੇਰ ਵੀ ਸਾਡੀ ਜ਼ਿੰਦਗੀ ਖੜੋਤੀ ਰਹਿੰਦੀ ਹੈ ਇਹ ਹਾਰਦੀ ਨਹੀਂ ਹੈਗੀ ਚਲਦੀ ਰਹਿੰਦੀ ਹੈ ਸੰਕਟਮਈ ਸਥਿਤੀਆਂ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਕੁਝ ਨਾ ਕੁਝ ਭਾਰੂ ਤਾਂ ਹੋ ਜਾਂਦੀਆਂ ਨੇ ਇਹ ਸਥਿਤੀਆਂ ਬਟ ਫੇਰ ਵੀ ਜਿਹੜਾ ਹੈ ਅਸੀਂ ਇਸ ਦੇ ਵਿੱਚੋਂ ਜੀਵਨ ਜੀਣ ਦਾ ਲੰਘਾ ਜਿਹੜਾ ਹੈ ਰਸਤਾ ਜਿਹੜਾ ਹੈ ਕੱਢ ਹੀ ਲੈਣੇ ਹੈ ਅਤੇ ਮੂੜ ਆਪਣੀ ਥਾਂ ਦੇ ਉੱਤੇ ਆ ਕੇ ਆਪਣੇ ਚੱਲੇ ਅਸੀਂ ਆਪਣੀ ਜ਼ਿੰਦਗੀ ਦੇ ਚੱਲਣ ਲੱਗੇ ਜ਼ਿੰਦਗੀ ਵੀ ਇਦਾਂ ਹੀ ਐਥਲਟਿਕਸ ਚਲਦੀ ਚੱਲਣ ਲੱਗ ਜਾਂਦੀ ਹੈ ਕਹਾਣੀ ਜਿਹੜੀ ਹੈ ਇਹ ਇਸ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਵਿਆਹਿਆ ਹੋਇਆ ਇੱਕ ਬੱਚੇ ਦਾ ਪਿਓ ਨੌਜਵਾਨ ਹੈ ਠੀਕ ਹੈ ਇੱਕ ਨੌਜਵਾਨ ਹੈ ਜਿਹੜਾ ਕਿ ਵਿਆਹਿਆ ਹੋਇਆ ਤੇ ਉਸ ਦਾ ਇੱਕ ਬੱਚਾ ਵੀ ਹੈ ਦੁਰਘਟਨਾ 'ਚ ਮਾਰਿਆ ਜਾਂਦਾ ਹੈ ਤਾਂ ਉਹਨਾਂ ਦੇ ਘਰੇ ਮਕਾਨ ਆਂਦੀ ਹੈ ਠੀਕ ਹੈ ਦੋ ਹਥੜੀ ਪਿੱਟਦੀਆਂ ਤੀਵੀਆਂ ਵੇੜੇ ਜਾ ਕੇ ਲੌਣੀਆਂ ਪਾਉਂਦੀਆਂ ਲੇਰਾ ਮਾਰਦੀਆਂ ਅਤੇ ਆਪਣੇ ਪੱਟਾਂ ਛਾਤੀਆਂ ਤੇ ਗੱਲਾਂ ਨੂੰ ਬੁਰੀ ਤਰ੍ਹਾਂ ਪਿੱਟ-ਪਿੱਟ ਰੋਂਦੀਆਂ ਨੇ ਤਾਂ ਮਕਾਨ ਆਉਂਦੀਆਂ ਨੇ ਜਦੋਂ ਕੋਈ ਡੈਥ ਹੋ ਜਾਂਦੀ ਹੈ ਤਾਂ ਪਿੱਟ ਸਿਆਪਾ ਕਰਨ ਲਈ ਜਿਹੜੀਆਂ ਹੈਗੀਆਂ ਲੇਡੀਜ਼ ਪਹਿਲਾਂ ਕੀ ਹੁੰਦਾ ਸੀ ਬੁਲਾਈਆਂ ਜਾਂਦੀਆਂ ਸੀ ਰੁਦਾਲੀਆਂ ਬੁਲਾਈਆਂ ਜਾਂਦੀਆਂ ਸੀ ਠੀਕ ਹੈ ਰਾਜਸਥਾਨ 'ਚ ਹਲੇ ਵੀ ਰੁਦਾਲੀਆਂ ਆਉਂਦੀਆਂ ਨੇ ਤਾਂ ਮਕਾਨ ਦੇਣ ਹੁੰਦੇ ਜਦੋਂ ਡੈਥ ਹੋ ਜਾਂਦੀ ਹੈ ਭੋਗ ਤੋਂ ਬਾਅਦ ਦੇ ਵਿੱਚ ਠੀਕ ਹੈ ਮਹੀਨਾ ਸਵਾ ਮਹੀਨਾ ਹੁੰਦਾ ਤਾਂ ਜਿਹੜੀਆਂ ਮਕਾਨ ਆ ਆਉਂਦੀਆਂ ਤਾ ਜਿਹੜੀਆਂ ਲੇਡੀਜ਼ ਹੁੰਦੀਆਂ ਲੇਡੀਜ਼ ਨੂੰ ਆਦਤ ਹੁੰਦੀ ਹੈ ਹੈਨਾ ਬਹੁਤ ਹੀ ਜ਼ਿਆਦਾ ਢੰਡੋਰੇ ਪਟਣ ਦੀ ਤਾਂ ਉਹ ਜਿਹੜੀਆਂ ਨੇ ਕਦੇ ਪੱਟਾਂ ਤੇ ਹੱਥ ਮਾਰ ਮਾਰ ਪਟਦੀਆਂ ਨੇ ਠੀਕ ਹੈ ਜਦੋਂ ਆਪਾਂ ਦੇਖਦੇ ਹਾਂ ਡੈਥ ਹੁੰਦੀ ਹੈ ਤਾਂ ਕਿੱਦਾਂ ਪਟਦੀਆਂ ਸੇਮ ਐਜ਼ ਇਟ ਇਜ਼ ਤਾਂ ਆਂਡ ਗਵਾਂਡ ਤੋਂ ਚਿੱਟੇ ਕੱਪੜੇ ਪਾਈ ਕੁਝ ਹੋਰ ਤੀਵੀਆਂ ਵੀ ਆ ਕੇ ਸ਼ਾਮਿਲ ਹੋ ਜਾਂਦੀਆਂ ਨੇ ਹੁਣ ਜਦੋਂ ਮਕਾਨ ਆਉਂਦੀ ਹੈ ਤਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਆਲੇ ਦੁਆਲੇ ਦੀਆਂ ਤੀਵੀਆਂ ਵੀ ਸੁਣ ਕੇ ਪਟਦੇ ਆਪਾਂ ਜਿਹੜੇ ਲਾਈਟ ਲਾਈਟ ਕਲਰ ਦੇ ਕੱਪੜੇ ਵਾਈਟ ਕਲਰ ਦੇ ਕੱਪੜੇ ਪਾ ਕੇ ਆ ਜਾਂਦੀਆਂ ਨੇ ਬਾਰੋਂ ਤੀਵੀਆਂ ਜਿਹੜੀਆਂ ਨੇ ਜੁੱਟ ਬਣਾ ਕੇ ਮਰ ਤੇ ਬੋਟੀ ਠੀਕ ਹੈ ਜਿਹੜਾ ਦੁਰਘਟਨਾ ਚ ਨੌਜਵਾਨ ਮਰਿਆ ਹੈਗਾ ਉਸ ਦੀ ਮਾਂ ਦੇ ਗੱਲ ਲੱਕੇ ਰੋਂਦੀਆਂ ਨੇ ਭੈਣ ਦੇ ਗੱਲ ਲੱਕੇ ਰੋਂਦੇ ਨੇ ਤੇ ਬੋਟੀ ਦੇ ਗੱਲ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈ ਲੰਬੇ ਲੰਬੇ ਵੈਣ ਪਾਉਂਦੀਆਂ ਨੇ ਤੇ ਸਭ ਦੇ ਜਦੋਂ ਉੱਚੀ ਉੱਚੀ ਰੋਂਦੀਆਂ ਨੇ ਤਾਂ ਸਾਰਿਆਂ ਦੇ ਅੱਖਾਂ ਦੇ ਵਿੱਚੋਂ ਪਰਲ ਪਰਲ ਜਿਹੜੇ ਅਥਰੂ ਨੇ ਉਹ ਵਗਣੇ ਸ਼ੁਰੂ ਹੋ ਜਾਂਦੇ ਨੇ ਮਰਨ ਵਾਲੇ ਦੀ ਪਤਨੀ ਧਾੜ ਕਰਦੀ ਜ਼ਮੀਨ ਤੇ ਡਿੱਗ ਪੈਂਦੀ ਹੈ ਬਿਕੋਜ਼ ਜਿਹੜਾ ਹੈ ਇਹ ਕੰਡੀਸ਼ਨ ਬਹੁਤ ਹੀ ਟਫ ਹੁੰਦੀ ਹੈ ਤੇ ਉਸ ਤੋਂ ਇਹ ਚੀਜ਼ ਸਹਾਰੀ ਨਹੀਂ ਜਾਂਦੀ ਤੇ ਇੱਕਦਮ ਉਹ ਡਿੱਗ ਪੈਂਦੀ ਹੈ ਤੀਨੀ ਉਸ ਨੂੰ ਸੰਭਾਲਣ ਲੱਗ ਪੈਂਦੀ ਐ ਨੇ ਤੇ ਉਸ ਦੀ ਦੰਦਲ ਤੋੜਦੀ ਐ ਕਿਉਂਕਿ ਦੰਦਲਾਂ ਪੈਣੀਆਂ ਸਟਾਰਟ ਹੋ ਜਾਂਦੀਆਂ ਨੇ ਬੋਟੀ ਦੇ ਅੱਖਾਂ ਖੋਲਣ ਤੇ ਤੇ ਉਸ ਨੂੰ ਤਕੀਆ ਦੇ ਦਿੱਤਾ ਜਾਂਦਾ ਯਾਨੀ ਕਿ ਸਰਾਣਾ ਦੇ ਦਿੱਤਾ ਜਾਂਦਾ ਹੈ ਤੇ ਉਹ ਟਾਸਣਾ ਲਾ ਕੇ ਬਹਿ ਜਾਂਦੀ ਐ ਤੇ ਫਿਰ ਉਹ ਸਾਰੀਆਂ ਮਰਨ ਵਾਲੇ ਦੇ ਐਕਸੀਡੈਂਟ ਬਾਰੇ ਗੱਲਾਂ ਕਰਦੀਆਂ ਨੇ ਇੱਧਰ ਉੱਧਰ ਆਪਣੇ ਰਿਸ਼ਤੇਦਾਰਾਂ ਦੀ ਨਾਲ ਜਿਹੜੀ ਰਿਸ਼ਤੇਦਾਰੀ ਚ ਐਕਸੀਡੈਂਟ ਵਗੈਰਾ ਹੋਏ ਆ ਜਾਂ ਮੌਤਾਂ ਹੋਈਆਂ ਉਹਨੂੰ ਡਿਸਕਸ ਕਰਨ ਲੱਗ ਜਾਂਦੀਆਂ ਨੇ ਠੀਕੇ ਵੀ ਅਚਾਨਕ ਮੌਤ ਉਦੀ ਵੀ ਐਵੇਂ ਹੋ ਗਈ ਸੀ ਉਹਦੀ ਵੀ ਐਵੇਂ ਹੋ ਗਈ ਸੀ ਤੇ ਦੁੱਖ ਅਤੇ ਹੈਰਾਨੀ ਦੇ ਭਾਵ ਪ੍ਰਗਟ ਕਰਦੀਆਂ ਤੇ ਨਾਲ ਹੀ ਕਹਿੰਦੀ ਹੈ ਕਿ ਮਰਨ ਵਾਲੇ ਮਰ ਜਾਂਦੇ ਨੇ ਪਿੱਛੇ ਜਿਉਂਦੇ ਜੀ ਉਵੇਂ ਹੀ ਮਰ ਜਾਂਦੇ ਨੇ ਜਾਂ ਅੱਗ 'ਚ ਪੈ ਜਾਂਦੇ ਨੇ ਰੱਬਗੇ ਵੀ ਸ਼ਾਇਦ ਚੰਗੇ ਹੀ ਅੱਗੇ ਰੱਬ ਨੂੰ ਵੀ ਸ਼ਾਇਦ ਜਿਹੜੇ ਹੈ ਚੰਗੇ ਬੰਦਿਆਂ ਦੀ ਹੀ ਲੋੜ ਹੁੰਦੀ ਹੈ ਤਾਂ ਮਤਲਬ ਐਦਾਂ ਜਿਹੜੀਆਂ ਲਾਉਣੀਆਂ ਪਾਉਂਦੀਆਂ ਨੇ ਜਿਹੜੀਆਂ ਕੀੜਨੇ ਪਾਉਂਦੀਆਂ ਜੰਗ ਵਿੱਚ ਮਰਨ ਵਾਲਿਆਂ ਦਾ ਜ਼ਿਕਰ ਕਰਦੀਆਂ ਉਹ ਜੰਗ ਨੂੰ ਕਹਉਂਦੀਆਂ ਕਿ ਚੱਲ ਰਹੀ ਠੰਡ ਕਰਨ ਫੈਰ ਰਹੇ ਨਮੂਨੀਏ ਆਦਿ ਦੀਆਂ ਬਿਮਾਰੀਆਂ ਦਾ ਵੀ ਜ਼ਿਕਰ ਕਰਦੀਆਂ ਠੰਡ ਤੋਂ ਬਚਣ ਲਈ ਵੀ ਔੜ ਪੋੜਾਂ ਦੀ ਗੱਲ ਜਿਹੜੀਆਂ ਨੇ ਕਰਦੀਆਂ ਨੇ ਕਈ ਇੱਕ ਦੋ ਬਾਨੇ ਦੇ ਨਾਲ ਜਿਹੜੀਆਂ ਗੁਸਲਖਾਨੇ 'ਚ ਜਾਂਦੀਆਂ ਨੇ ਮੂੰਹ ਧੋ ਕੇ ਆਉਂਦੀਆਂ ਫਿਰ ਚਾਹ ਜਦੋਂ ਵਰਤਾਈ ਜਾਂਦੀ ਹੈ ਤਾਂ ਚਾਹ ਪਿੰਦੀਆਂ ਨੇ ਠੀਕ ਹੈ ਚਾਹ ਵਿੱਚ ਘੱਟ ਮਿੱਠਾ ਹੋਣ ਜਿਆਦਾ ਮਿੱਠਾ ਹੋਣ ਦੇ ਬਾਰੇ ਵਿੱਚ ਸ਼ਿਕਾਇਤਾਂ ਕਰਦੀਆਂ ਨੇ ਮਰਦਾਂ ਨੂੰ ਦਰੀ ਉੱਤੇ ਰਾਜਨੀਤੀ ਮੁਰਗੀ ਫਾਰਮ ਡੇਰੀ ਫਾਰਮਿੰਗ ਫਿਰ ਹੌਲੀ ਹੌਲੀ ਆਉਣ ਵਾਲੀਆਂ ਚੋਣਾਂ ਬਾਰੇ ਜਿਹੜੀ ਹੈ ਬੈਸ ਜਿਹੜੇ ਹੈ ਚੱਲ ਪੈਂਦੀ ਹੈ ਤੇ ਦੇਖੋ ਸਭ ਦੇ ਆਪਣੇ ਆਪਣੇ ਟੌਪਿਕਸ ਜਿਹੜੇ ਨੇ ਸਟਾਰਟ ਹੋ ਜਾਂਦੇ ਨੇ ਇੱਕ ਦੋ ਜਿਹੜੇ ਹੁੰਦੇ ਨੇ ਕਾਲੀ ਕਾਲੀ ਛੇਤੀ ਉੱਠ ਕੇ ਚਲੇ ਜਾਂਦੇ ਨੇ ਕਿ ਵੀ ਅਸੀਂ ਜਿਹੜਾ ਹੈ ਵੀ ਡੰਗਰ ਬਸ਼ੂ ਸਾਹਮਣਾ ਹੈ ਜਾਂ ਸਾਡੇ ਘਰੇ ਕੋਈ ਨਹੀਂ ਤਾਂ ਐਦਾਂ ਉੱਠ ਉੱਠ ਕੇ ਚਲੇ ਜਾਂਦੇ ਨੇ ਜਿਹੜੇ ਮਰਦ ਹੁੰਦੇ ਨੇ ਉਹ ਸਿਰਫ 4 ਕ ਬੰਦੇ ਰਹਿ ਜਾਂਦੇ ਨੇ ਮਰਦਾਂ ਨੂੰ ਇੰਨਾ ਜ਼ਿਆਦਾ ਮਤਲਬ ਨਹੀਂ ਬੈਠਦੇ ਹੈਗੇ ਠੀਕ ਹੈ ਔਰਤਾਂ ਜਿਹੜੀਆਂ ਨੇ ਪਥੱਲਾ ਮਾਰ ਕੇ ਬੈਠ ਜਾਂਦੀਆਂ ਨੇ ਸੋ ਮਰਨ ਵਾਲੇ ਦੀ ਪੂਆ ਦੇ ਪਿੰਡੋਂ ਆਈਆਂ ਤੀਵੀਆਂ ਉੱਠ ਪੈਂਦੀਆਂ ਨੇ ਤੇ ਉਹ ਵੋਟੇ ਨੂੰ ਦਿਲਾਸਾ ਦੇ ਕੇ ਮੁੰਡੇ ਦੇ ਸਿਰ ਤੇ ਪਿਆਰ ਦੇ ਕੇ ਵਾਇਗਰੂ ਦਾ ਪਾਣਾ ਮੰਨਣ ਲਈ ਕਹਿ ਕੇ ਤੇਜ਼ੀ ਨਾਲ ਬਾਹਰ ਤੁਰ ਪੈਂਦੀਆਂ ਨੇ ਦੀਂਟਲਾਂ ਨੂੰ ਲੱਗਦਾ ਤੇ ਠੰਡ ਵੱਜ ਜਾਂਦੀ ਹੈ ਉਹ ਇੱਕ ਦੂਜੀ ਦੇ ਗਰਮ ਕੱਪੜਿਆਂ ਤੇ سونے ਦੀਆਂ ਚੂੜੀਆਂ ਮਾਰੇ ਵੀ ਪੁੱਛਦੀਆਂ ਹੁੰਦੇ ਕੋ ਜਦੋਂ ਸ਼ਾਮ ਹੋਣੀ ਸਟਾਰਟ ਹੁੰਦੀ ਹੈ ਤਾਂ ਇੱਕ ਦੂਜੇ ਦੇ ਜਿਹੜੇ ਗਰਮ ਕਿਉਂਕਿ ਗਰਮ ਕੱਪੜੇ ਪਾਏ ਨੇ ਤਾਂ ਸ਼ਾਲ ਤੇ ਨੇ ਕਿੱਥੋਂ ਲਈ ਐ ਚੂੜੀਆਂ ਤੇ ਨੇ سونے ਦੀਆਂ ਕਿੱਥੋਂ ਬਣਵਾਈਆਂ ਥੈ ਤੇਰਾ ਸੂਟ ਬਹੁਤ ਸੋਹਣਾ ਤਾਂ ਸ਼ਾਲ ਬਹੁਤ ਸੋਹਣੀ ਐਵੇਂ ਦੀਆਂ ਚੀਜ਼ਾਂ ਦੀਆਂ ਗੱਲਾਂ ਜਿਹੜੀਆਂ ਨੇ ਕਰਨੀਆਂ ਸਟਾਰਟ ਹੋ ਜਾਂਦੀ ਨੇ ਫੇਰ ਘਰ ਵਿੱਚ ਬੱਚੇ ਖੇਡ ਰਹੇ ਨੇ ਟਰੈਕਟਰ ਆਉਂਦਾ ਬੱਚੇ ਸਾਰੇ ਉਹਦੇ ਆਲੇ ਦੁਆਲੇ ਹੋ ਜਾਂਦੇ ਨੇ ਫਿਰ ਗਾਂ ਦੀ ਬੱਚੀ ਦੇ ਦੁਆਲੇ ਹੋ ਜਾਂਦੇ ਨੇ ਬਰਸੀਮ ਦੀ ਰੇੜੀ ਆਉਂਦੀ ਹੈ ਤਾਂ ਉਸ ਨੂੰ ਕੁੱਤਰਨ ਦਾ ਕੰਮ ਚੱਲਦਾ ਹੈ ਕੁੱਕੜ ਬੰਗਾ ਦਿੰਦਾ ਠੁੰਗੇ ਮਾਰਦਾ ਬੱਚੇ ਨੂੰ ਦੁੱਧ ਪਿਲਾਇਆ ਜਾਂਦਾ ਜਿਹੜਾ ਛੋਟਾ ਬੱਚਾ ਹੁੰਦਾ ਜਿਹਦੇ ਪਾਪਾ ਦੀ ਡੈਥ ਹੋਈ ਹੁੰਦੀ ਹੈ ਅੰਦਰੋਂ ਪੂਆ ਦੇ ਕਰਾੜਿਆਂ ਦੀ ਆਵਾਜ਼ ਆਉਂਦੀ ਹੈ ਪੂਆ ਜਾ ਕੇ ਅੰਦਰ ਸੋਹ ਜਾਂਦੀ ਹੈ ਸਰਪੰਚੜੀ ਲੰਬੜਦਾਰਨੀ ਨੂੰ ਘਰ ਦੇ ਕੰਮ ਯਾਦ ਆ ਜਾਂਦੇ ਨੇ ਤੇ ਉੱਠ ਕੇ ਤੁਰ ਪੈਂਦੀਆਂ ਨੇ ਵੰਤੋਂ ਨੂੰ ਆਪਣੇ ਢਿੱਲੇ ਮੱਠੇ ਸੋਰੇ ਦਾ ਵੀ ਫਿਕਰ ਹੋਣਾ ਸ਼ੁਰੂ ਹੋ ਜਾਂਦਾ ਹੈ ਦੂਜੀਆਂ ਉਸ ਨੂੰ ਆਪਣੇ ਸੋਰੇ ਸੰਬੰਧੀ ਜੜੀਆਂ ਹੈ ਉਸ ਦੇ ਸੋਰੇ ਸੰਬੰਧੀ ਮਖੌਲ ਵੀ ਕਰਦੀਆਂ ਨੇ ਤਾਂ ਇਸ ਪ੍ਰਕਾਰ ਦਿਖਾਇਆ ਜਾਂਦਾ ਹੈ ਕਿ ਮਰਿਆ ਨਹੀਂ ਜਾਂਦਾ ਕਿਸੇ ਨਾਲ ਵੀ ਕਿਸੇ ਦੀ ਮੌਤ ਨਹੀਂ ਹੋ ਜਾਂਦੀ ਹੈਗੀ ਤੇ ਲੋਕਾਂ ਦਾ ਕੰਮ ਚੱਲਦਾ ਹੀ ਰਹਿੰਦਾ ਹੈ ਜ਼ਿੰਦਗੀ ਕਿਸੇ ਨਾਲ ਵੀ ਨਹੀਂ ਰੁਕਦੀ ਹੈਗੀ ਅਤੇ ਇਸ ਕਹਾਣੀ ਦਾ ਯਥਾਰਥਕ ਵਿਸ਼ਾ ਹੈਗਾ ਮੌਲਿਕ ਵਿਸ਼ਾ ਹੈਗਾ ਕੁਝ ਵਿਅੰਗ ਦਾ ਹੁੰਛ ਵੀ ਹੈ ਹੈਨਾ ਵੀ ਕਿੱਦੇ ਦਾ ਇਹ ਰੋ ਰਹੀਆਂ ਹੁੰਦੀਆਂ ਨੇ ਕਿਤੇ ਸੂਟ ਕੋਟੀ ਦੀ ਜਿਹੜੀ ਹੈਗੀ ਛੋਲਾਂ ਦੀ ਗੱਲ ਕਰਦੀਆਂ ਨੇ ਅਤੇ ਇਸ ਨਹੀਂ ਕਹਾਣੀਕਾਰ ਜਿਹੜੀ ਹੈਗੀ ਹੈ ਕਹਾਣੀਕਾਰ ਆ ਉਹ ਇਹ ਪੇਸ਼ ਕਰਦੇ ਕਿ ਜ਼ਿੰਦਗੀ ਅਤੀ ਵਿਰੋਧੀ ਮਾਰੂ ਸਥਿਤੀਆਂ ਦੇ ਵਿੱਚ ਵੀ ਧੜਕਦੇ ਰਹਿਣ ਦੀ ਬਲਵਾਨ ਪ੍ਰਵਿਰਤੀ ਰੱਖਦੀ ਹੈ ਸੋ ਬਹੁਤ ਹੀ ਇੰਟਰਸਟਿੰਗ ਜਿਹੜੀ ਸੀਗੀ ਸਟੋਰੀ ਸੀ ਸੋ ਇਸ ਤੋਂ ਬਾਅਦ ਆਪਾਂ ਇੱਕ ਹੋਰ ਸਟੋਰੀ ਕਰਾਂਗੇ ਥੈਂਕ ਯੂ ਸੋ ਮੱਚ